फेयर एंड स्क्वेयर तुहाडा स्वागत है। इस हफ्तावरी प्रोग्राम विच असीं तुहाडी मुलाकात उन्हां मन्नियां परमन्नियां शख्सियतां नाल करांदे हां जिन्हां ने अपने कामकाज विच अते समाजिक सेवा विच माण हासिल कीता है। अज साडे मेहमान ने पंजाब दे जमपल सुरिंदरपाल सिंह ओबेरॉय जो इस वेले दुबई दे वसनीक ने। दुबई विच उन्हां ने अपने कामयाब बिजनेस दे नाल नाल बहुत समाज सेवा कीती है। उन्हां पंजाबियां वास्ते मसीहा ने जिहड़े दुबई विच किसी कारण अपराधी केसां विच फसे हुए ने। ओबेरॉय जी तुहाडा फेयर एंड स्क्वेयर स्वागत है। ओबेरॉय जी, तुहानूं किस तरह का महसूस होया जदों कतल और शराब की तस्करी दे फसे तीन पंजाबी नौजवान दुबई दे विच तुहाडी कोशिश नाल रिहा होए और तुसीं उन्हां नूं अमृतसर परते लै के? ਕਿਉਂਕਿ ਦੇਖੋ ਜੀ, ਤਿੰਨ ਬੰਦੇ ਮੈਂ ਛੁਡਾ ਕੇ ਲਿਆਇਆ, ਕੋਈ ਮੈਨੂੰ ਇਹਦੇ ਪਿੱਛੇ ਮੇਰਾ ਇੱਕ ਸਾਲ ਲੱਗ ਗਿਆ ਪੂਰਾ, ਮੇਰੀ ਇੱਕ ਸਾਲ ਦੀ ਮਿਹਨਤ ਹੈ ਜੀ ਇਹ। ਔਰ ਜਿਸ ਤਰ੍ਹਾਂ ਮੈਂ ਲੈ ਕੇ ਆਇਆ ਏਅਰਪੋਰਟ 'ਤੇ, ਔਰ ਦਿਲ ਨੂੰ ਮੇਰੇ ਇੰਨੀ ਕੁ ਸ਼ਾਂਤੀ ਮਿਲੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਦੇਖ ਕੇ ਕਿ ਪਿਛਲੇ ਨਿਕਲੇ ਆਪਾਂ ਏਅਰਪੋਰਟ ਤੋਂ ਬਾਹਰ ਨਿਕਲੇ ਹਾਂ ਅਤੇ ਘੱਟੋ ਘੱਟ 150-200 ਬੰਦਾ ਜਿਹੜਾ ਸੀ ਬਾਹਰ, ਉਹ ਹਾਰ ਲੈ ਕੇ ਅਤੇ ਸਭ ਲੈ ਕੇ ਖੜ੍ਹੇ ਸੀ। ਔਰ ਜਿਸ ਲਈ ਬੱਚੇ ਬਾਹਰ ਆਏ ਨੇ, ਪੇਰੈਂਟਸ ਉਹਨਾਂ ਨੂੰ ਇਸ ਤਰ੍ਹਾਂ ਜੱਫੀ ਪਾ ਕੇ ਮਿਲੇ, ਔਰ ਉਸ ਵਿੱਚ ਸਾਰੇ ਬੰਦੇ ਰੋ ਪਏ ਜੀ ਉੱਥੇ। ਅਤੇ ਉਦੋਂ ਮੇਰੇ ਦਿਲ ਨੂੰ ਇੰਨੀ ਮਤਲਬ ਕਿ ਸ਼ਾਂਤੀ ਜੀ ਮਿਲੀ, ਮੈਂ ਕਿਹਾ ਵੀ ਜੇ ਮੇਰਾ ਪੈਸਾ ਕਿਤੇ ਲਾਇਆ ਮੈਂ ਕਿਤੇ, ਤਾਂ ਇਹ ਸਹੀ ਇਨਵੈਸਟਮੈਂਟ ਹੈ ਜੀ। ਜਦੋਂ ਬਾਅਦ 'ਚ ਤੁਸੀਂ ਇਹ ਨੌਜਵਾਨਾਂ ਨੂੰ ਲੈ ਕੇ ਉਹਨਾਂ ਦੇ ਪਿੰਡਾਂ 'ਚ ਗਏ, ਉੱਥੇ ਕਿਹੋ ਜਿਹਾ ਸਵਾਗਤ ਮਿਲਿਆ ਉਹਨਾਂ ਨੂੰ? ਜਿੱਦਾਂ ਇਹ ਪਿੰਡ 'ਚ ਵੜੇ ਹਾਂ ਆਪਾਂ, ਸਾਰਾ ਪਿੰਡ ਤਕਰੀਬਨ ਇਕੱਠਾ ਸੀ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਔਰ ਹਾਰ ਫੜੇ ਸੀ ਉਹਨਾਂ ਨੇ, ਔਰ ਛੱਤਾਂ 'ਤੇ ਬੈਠੇ ਸੀ ਜਿਹੜੇ ਕਿ ਫੁੱਲ ਲੈ ਕੇ ਬੈਠੇ ਹੋਏ ਸੀਗੇ। ਜਿੱਦਾਂ ਹੀ ਅਸੀਂ ਲੰਘੇ ਉੱਥੇ ਉਹਨਾਂ ਨੇ ਫੁੱਲਾਂ ਦੀ ਪੁਛਾਰ ਕੀਤੀ ਹੈ, ਹਾਰ ਕੱਟਿਆ, ਫਿਰ ਜਦੋਂ ਘਰ ਵੜੇ ਤਾਂ ਉਹਨਾਂ ਨੇ ਉਹ ਜਿੱਦਾਂ ਸੈਰਾਮਨੀ ਹੁੰਦੀ ਨਾ, ਰਿਬਨ ਵਗੈਰਾ ਕੱਟ ਕੇ ਅਤੇ ਪੂਜਾ ਕਰਕੇ ਉਹ ਰੱਖਿਆ ਸੀ, ਉਹ ਰਿਬਨ ਕਟਵਾਇਆ ਉਹ ਤੋਂ। ਅਤੇ ਮੈਂ ਤਾਂ ਖੈਰ ਨਾਲ ਹੱਥ ਫੜ ਕੇ ਜਿਹੜਾ ਮੁੰਡੇ ਨੂੰ ਲੈ ਕੇ ਆਇਆ ਸੀ ਕਸ਼ਮੀਰੀ ਲਾਲ ਨੂੰ, ਮੈਂ ਕਿਹਾ ਚੱਲ ਆਪਾਂ ਦੋਨੋਂ ਕੱਟੀਏ। ਤੋ ਸੋ ਬਹੁਤ ਅੱਛਾ ਫੀਲ ਹੋਇਆ ਜੀ, ਦਿਲ ਨੂੰ ਬੜੀ ਖੁਸ਼ੀ। ਓਕੇ, ਆਂਸੂ ਵੀ ਆ ਗਏ, ਲੇਕਿਨ ਖੁਸ਼ੀ ਦੇ ਆਂਸੂ ਸੀ ਜੀ। ਉਸ ਵੇਲੇ ਮਤਲਬ ਅੱਧੇ ਤੋਂ ਜ਼ਿਆਦਾ ਪਿੰਡ ਜਿਹੜਾ ਸੀ ਜੀ ਉਹ ਰੋ ਰਿਹਾ ਸੀ ਉਸ ਵੇਲੇ ਖੁਸ਼ੀ ਨਾਲ। ਉਸ ਤੋਂ ਬਾਅਦ ਫਿਰ ਟੋਲ 'ਤੇ ਸਭ ਕਰ ਕਰਾ ਕੇ ਅਤੇ ਉਹਨਾਂ ਨੇ ਕਿਹੜੇ ਪਿੰਡ ਦੀ ਗੱਲ ਤੁਸੀਂ ਦੱਸ ਰਹੇ ਜੀ? ਇਹ ਜੀ ਆਪਣੇ ਫਲੋਰ ਦੇ ਲਾਗੇ ਪਿੰਡ ਹੈਗਾ ਜੀ ਇੱਕ। ਟੋਟਲ ਤੁਹਾਨੂੰ ਓਬਰਾਏ ਜੀ ਕਿੰਨਾ ਦੀਆ, ਯਾਨੀ ਬਲੱਡ ਮਨੀ ਦੇਣਾ ਪਿਆ ਇਸ ਕੇਸ ਦੇ ਵਿੱਚ, ਉਹਨਾਂ 'ਚੋਂ ਆਪਣੇ ਕੋਲੋਂ ਤੁਸੀਂ ਕਿੰਨਾ ਦਿੱਤਾ? ਦੇਖੋ ਜੀ, ਇਸ ਕੇਸ 'ਚ ਪਿਛਲੇ ਸਾਲ 1 ਜੁਲਾਈ ਨੂੰ ਆਪਾਂ ਪੇਮੈਂਟ ਕੀਤੀ ਸੀ। ਉਸ ਤੋਂ ਪਹਿਲਾਂ 1-1.5 ਮਹੀਨਾ ਲੱਗ ਗਿਆ ਸੀ ਸਾਨੂੰ। ਸਰਦਾਰ ਮੋਤਾ ਸਿੰਘ ਜਿਹੜੇ ਨੇ, ਜਿਹਨਾਂ ਦਾ ਲੜਕੇ ਡੈਥ ਹੋਈ ਸੀਗੀ, ਬਿਕਰਮਜੀਤ ਸਿੰਘ, ਉਹਨਾਂ ਦੇ ਪਿੰਡ ਗੁਰਦਾਸਪੁਰ ਦਿਆਲਗੜ੍ਹ ਪਿੰਡ ਉਹਨਾਂ ਦਾ, ਉੱਥੇ ਗਏ ਜਾ ਕੇ ਅਸੀਂ ਉਹਨਾਂ ਨੂੰ ਮਿਲੇ ਹਾਂ, ਸਮਝਾਇਆ ਸਾਰਾ। ਪਹਿਲਾਂ ਤਾਂ ਗੁੱਸੇ ਵਿੱਚ ਸੀ, ਲੇਕਿਨ ਬਾਅਦ 'ਚੋਂ ਚਲੋ ਐਗਰੀ ਹੋ ਗਏ। ਫਿਰ ਉਹ ਪੰਚਾਇਤਾਂ ਬੈਠੀਆਂ ਸਾਰੀਆਂ, ਅਤੇ 20 ਲੱਖ ਦੀ ਡਿਮਾਂਡ ਕੀਤੀ ਸੀ ਉਹਨਾਂ ਨੇ ਕਿ ਸਾਨੂੰ 20 ਲੱਖ ਰੁਪਏ ਦਿੱਤਾ ਜਾਏ ਅਤੇ ਅਸੀਂ ਕੰਪਰੋਮਾਈਜ਼ ਲਈ ਤਿਆਰ ਹਾਂ। ਫਿਰ ਮੈਂ ਦੱਸਿਆ ਉਹਨਾਂ ਨੂੰ, ਮੈਂ ਕਿਹਾ ਜੀ ਮੁੰਡੇ ਦੀ ਫਾਂਸੀ ਮਾਫ਼ ਹੋਵੇਗੀ, ਅਤੇ ਇਹ ਤਿੰਨੇ ਬਜ਼ੁਰਗ ਨਾਲ ਸੀ ਉਹਨਾਂ ਦੇ, ਮੈਂ ਕਿਹਾ ਜੀ ਉਹਨਾਂ ਨੂੰ ਬਜ਼ੁਰਗਾਂ ਨੂੰ, ਮੈਂ ਕਿਹਾ ਤੁਸੀਂ ਪੈਰ ਫੜ ਲਓ ਵੀ ਇਹਦੇ, ਅਤੇ ਤਾਂ ਹੀ ਤੁਹਾਨੂੰ ਮਾਫ਼ੀ ਮਿਲਣੀ ਹੈ। ਉਹਨਾਂ ਨੇ ਮਾਫ਼ੀ ਮੰਗੀ ਅਤੇ ਦੱਸਿਆ, ਮੈਂ ਕਿਹਾ ਜੀ ਇਹਨਾਂ ਨੂੰ ਸਜ਼ਾ ਹੋਏਗੀ 3 ਸਾਲ ਤੋਂ ਲੈ ਕੇ 7 ਸਾਲ ਵਿੱਚ, ਉਹ ਡਿਪੈਂਡ ਕਰਦਾ ਗਵਰਨਮੈਂਟ ਦੇ ਕਿੰਨੀ ਦੇਗੀ, ਲੇਕਿਨ ਫਾਂਸੀ ਸਜ਼ਾ ਮਾਫ਼ ਹੋ ਜਾਏਗੀ ਜੀ। ਫਿਰ ਉਹ ਕਹਿੰਦੇ 20 ਲੱਖ ਅਸੀਂ ਕਰ ਕਰਾ ਕੇ ਵਿੱਚ ਬੰਦੇ ਬਹਿਬੋਗੇ, ਚਲੋ 17 ਲੱਖ ਰੁਪਏ। ਮੈਂ ਤਾਂ 20 ਲੱਖ ਵੀ ਦੇਣ ਨੂੰ ਤਿਆਰ ਸੀ ਵੈਸੇ, ਕਿਉਂਕਿ ਦੋ ਲੜਕੀਆਂ ਦੋਨੋਂ ਵਿਆਹਣ ਵਾਲੀਆਂ, ਉਹਨਾਂ ਦੀਆਂ ਘਰ ਦੇ ਹਾਲਾਤ ਬੜੀ ਖਰਾਬ ਸੀ। 17 ਲੱਖ ਦਾ ਹੋਇਆ ਜੀ। 17 ਲੱਖ 'ਚ ਫਿਰ ਪਿੰਡ ਵਾਲੇ ਤਿੰਨਾਂ ਮੁੰਡਿਆਂ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਕਿੰਨੇ ਕੁ ਪੈਸੇ ਦੇ ਸਕਦੇ ਹੋ? ਅਤੇ ਉਹ ਕਹਿੰਦੇ ਅਸੀਂ ਤਾਂ ਗਰੀਬ ਹਾਂ ਕਰ ਕਰਾ ਕੇ, ਅਤੇ ਮੈਂ ਕਿਹਾ ਅੱਧੋ ਅੱਧ ਕਰ ਲਓ, ਅੱਧੇ ਮੈਂ ਪਾ ਦਿੰਦਾ, ਅੱਧੇ ਤੁਸੀਂ ਪਾ ਲਓ। ਫਿਰ ਉਹ ਗੱਲਬਾਤ ਕਰਕੇ ਕਹਿੰਦੇ ਜੀ ਅਸੀਂ 6 ਲੱਖ ਰੁਪਇਆ ਇਕੱਠਾ ਕਰ ਲਾਂਗੇ। ਅਤੇ ਮੈਂ ਫਿਰ ਮੌਕਾ ਖੁਝਾਉਣਾ ਨਹੀਂ ਸੀ ਚਾਹੁੰਦਾ ਜੀ, ਅਤੇ ਉਸੇ ਵੇਲੇ ਮੈਂ ਆਪਣੇ ਚੈੱਕ ਕੱਢਿਆ, ਚੈੱਕ ਬੁੱਕ ਲੈ ਕੇ, ਅਤੇ 11 ਲੱਖ ਰੁਪਇਆ ਜਿਹੜਾ ਸੀ ਮੈਂ ਆਪਣੇ ਕੋਲੋਂ ਜੀ ਸਰਦਾਰ ਮੋਤਾ ਸਿੰਘ ਜੀ ਨੂੰ ਦੇ ਦਿੱਤਾ। ਉਸ ਤੋਂ ਬਾਅਦ 3-4 ਦਿਨ ਵਿੱਚ ਉਹਨਾਂ ਨੇ 6 ਲੱਖ ਰੁਪਇਆ ਵੀ ਦੇ ਦਿੱਤਾ। ਤੋ 17 ਲੱਖ ਰੁਪਇਆ ਦੇ ਕੇ ਫਿਰ ਉਹਨਾਂ ਨੇ ਸਾਨੂੰ ਮਾਫ਼ੀਨਾਮਾ ਦਿੱਤਾ ਜੀ। ਉਹ ਪੇਪਰ ਲੈ ਕੇ ਟੈਸਟ ਕਰਾ ਕੇ ਫਿਰ ਮੈਂ ਕੋਰਟ 'ਚ ਪੇਸ਼ ਹੋਇਆ ਜੀ। ਜੱਜ ਸਾਹਿਬ ਨੂੰ ਮੈਂ ਦੱਸਿਆ ਜੀ ਆਹ ਰਾਜ਼ੀਨਾਮਾ ਸਾਰਾ ਜੀ। ਉਸ ਬੇਸ ਦੇ ਉੱਤੇ ਫਿਰ ਉਹਨਾਂ ਨੇ ਅਗਲੀ ਡੇਟ ਪਾ ਦਿੱਤੀ। ਤੀਸਰੀ ਡੇਟ 'ਤੇ ਉਹਨਾਂ ਨੇ ਫੈਸਲਾ ਦਿੱਤਾ ਕਿ ਇਹਨਾਂ ਦੀ ਫਾਂਸੀ ਸਜ਼ਾ ਖਤਮ ਹੈ ਜੀ। ਸੋ ਇਹਨਾਂ ਨੂੰ 5 ਸਾਲ ਦੀ ਸਜ਼ਾ ਦਿੱਤੀ ਜਾਂਦੀ ਹੈ। ਉਹ 5 ਸਾਲ ਦੀ ਸਜ਼ਾ ਤੋਂ ਬਾਅਦ ਆਟੋਮੈਟਿਕਲੀ ਆਪੇ ਹੀ ਉੱਥੇ ਅਪੀਲ ਕੋਰਟ 'ਚ ਪੈ ਗਿਆ ਕੇਸ ਜੀ। ਅਪੀਲ ਕੋਰਟ 'ਚ ਗਏ ਅਤੇ ਦੂਸਰੀ ਪੇਸ਼ੀ 'ਚ ਉਹਨਾਂ ਨੇ ਜਿਹੜੀ ਸੀ 2 ਸਾਲ ਦੀ ਸਜ਼ਾ ਮਾਫ਼ ਕਰਤੀ, ਤਾਂ 3 ਸਾਲ ਦੀ ਸਜ਼ਾ ਸੀ ਇਹਨਾਂ ਨੂੰ। ਸੋ ਹੁਣ 3 ਸਾਲ ਦੀ ਸਜ਼ਾ ਪੂਰੀ ਕਰਕੇ ਫਿਰ ਤਾਂ ਮੈਂ ਇਹਨਾਂ ਨੂੰ ਵਾਪਸ ਲੈ ਕੇ ਆਇਆ ਜੀ। ਓਬਰਾ ਜੀ, ਜਿਹੜਾ ਤੁਸੀਂ ਉਹਨਾਂ ਨੂੰ ਪੈਸਾ ਦਿੱਤਾ ਵਾ, ਇਹ ਤੁਹਾਡੇ ਵੱਲੋਂ ਗਿਫਟ ਆ ਜਾਂ ਲੋਨ ਆ ਉਹਨਾਂ ਨੂੰ? ਦੇਖੋ ਜੀ, ਉਹ ਤਾਂ ਜਿਹੜਾ 6 ਲੱਖ ਦਿੱਤਾ ਨਾ ਜੀ, ਉਹਨੇ ਜੋਗੇ ਵੀ ਹੈ ਨਹੀਂ ਗਏ। ਜਿਹੜਾ ਕਸ਼ਮੀਰੀ ਲਾਲ ਹੈ ਨਾ ਜੀ, ਇਹਦੇ ਮੈਂ ਤੁਹਾਨੂੰ ਦੱਸਾਂ ਗੱਲ, ਇਹਦੇ ਘਰ ਕੱਚਾ ਕੋਠਾ ਹੈ, ਔਰ ਇਹਦੇ ਫਾਦਰ ਦਾ ਇਹ ਕਹਿਣਾ ਸੀ ਕਿ ਮੈਂ ਜੇ ਅੱਜ ਕੋਠਾ ਵੇਚਾਂ ਆਪਣਾ ਤਾਂ ਮੈਨੂੰ 1.5 ਲੱਖ ਰੁਪਇਆ ਮਿਲੇਗਾ ਸਾਰਾ, ਅਤੇ 1.5 ਲੱਖ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਸਾਰੇ ਪਰਿਵਾਰ ਨੂੰ ਰੋਡ 'ਤੇ ਲਿਆਵਾਂ, ਇਸ ਲਈ ਮੇਰਾ ਬੇਟਾ ਉੱਥੇ ਤਾਂ ਉੱਥੇ ਰਹਿਣ ਦਿਓ। ਇਹ ਵਰਡਿੰਗ ਸੀ ਉਹਦੇ ਪਿਓ ਦੀ, ਕਿਉਂਕਿ ਦਿਲੋਂ ਦੇਖ ਰਿਹਾ ਸੀ ਮੇਰੇ ਬਾਕੀ ਦੇ ਬੱਚੇ ਹੈ, ਉਹਦੇ ਪੈਸੇ ਫਿਰ ਮੈਂ ਆਪਣੇ ਕੋਲੋਂ ਦਿੱਤੇ ਸੀ ਜੀ, ਉਹਦੇ ਪੈਸੇ ਤੋਂ ਮਾਫ਼ ਕਰ। ਇਸ ਲਈ ਓਬਰਾ ਜੀ, ਟੋਟਲ ਕਿੰਨੇ ਪੰਜਾਬੀ ਨੌਜਵਾਨ ਆ ਜਾਂ ਹਿੰਦੁਸਤਾਨ 'ਚੋਂ ਨੌਜਵਾਨ ਉੱਥੇ ਜਿਹੜੇ ਇਸ ਕੇਸਾਂ ਦੇ ਵਿੱਚ ਫਸੇ ਆ? ਦੇਖੋ, ਦੂਸਰੇ ਕੇਸਾਂ ਵਿੱਚ ਤਾਂ ਗਿਣਤੀ ਹਜ਼ਾਰਾਂ 'ਚ ਹੈ ਜੀ ਜੀ, ਲੇਕਿਨ ਮੈਂ ਜਿਹੜੇ ਕੇਸਿਸ ਕਰ ਰਿਹਾ ਉਹ ਸਿਰਫ ਮੈਂ ਕਰ ਰਿਹਾ ਮਰਡਰ ਐਂਡ ਬੂਟਲੈਗਿੰਗ ਦੇ ਕੇਸ ਜਿਹੜੇ। ਉਹ ਕਿੰਨੇ ਕੇਸ ਹੈ ਜੀ? ਉਹ ਮੇਰੇ ਕੋਲ ਤਕਰੀਬਨ ਪੰਜਾਬ ਦੇ ਤਕਰੀਬਨ 11 ਕੇਸ ਹੈਗੇ ਜੀ।
11 केसा में डिफरेंट डिफरेंट केसा में मिला के देखा जाए तो तकरीबन 60 बंदे है जी जिहड़े जिन्हों उम्र कैद जां जिहड़े फांसी सजा जिहड़े भुगत रहे जी। जिहड़ा सब तो ज्यादा चर्चा वाला केस है जी वह मिसरी खान वाला केस है जिहदे शायद 17 नौजवान है जिन्हां नूं फांसी की सजा हुई है। हाँ जी हाँ जी। वह केस इस वेले कि स्टेज के उत्ते एक्चुअली जिन्ना भी सारा काम स्टार्ट होया जी उस केस तो बाद ही होया। पहला किसी को पता ही नहीं कि साढ़े इन्ने बच्चे साढ़े वो अंदर है जेलों के और किस जुर्म की सज़ा भुगत रहे हैं। जिसने वो केस बाहर आया उस तो बाद फिर सारा भगदड़ मच गई सारे पासे तो डेट तो पहला ही वो अपील पा दी गई थी। इंडिया गवर्नमेंट ने थ्रू कौंसलेट ने ना जी 5 वकील उन्होंने हायर किए जो कि सानू इस केस में लड़ रहे उन्होंने अपील पा दी। उस तो बाद केस में बड़े सही रस्ते लैके आ गए हैं। केस में रीओपन किया गया। रीओपन करने तो बाद केस साडे फेवर च जा रहा जी। सो सरकार यही चाह रही है साडे वकील यही कह रहे हैं कि सारे बच्चे इनोसेंट है भी इन्हों असी केस लड़ के साडी डिफेंस बड़ी साडी मजबूत है असी इन्हों बचावांगे बच्चों। सो तुहानू आस हैगी है कि उहदे च आउट ऑफ कोर्ट सैटलमेंट हो जूगी? वो जिस तरह से जी पिछलियां 3 पेशियां तो बाद विक्टिम फैमिली जिहड़ी है ना जी जिन्होंने रमजान है जिन्होंने उन्होंने पावर अटॉर्नी दी हुई है उन्होंने कहा कि कोर्ट में कि असी फैसला करने लई तैयार हाँ राजीनामा करने लई तैयार हाँ। उस तो बाद कोशिशां शुरू हो गई जी। 19 मई नूं तरीक सी जी। 19 मई नूं मैं 19 मई तो पहला 2 हफ्ते पहला मैं रमजान जिन्हां कोल पावर अटॉर्नी है प्लस मैं पाकिस्तानी कौंसलेट जो एक कौंसलर जिहड़े आ जिहड़े कि इस केस दी देखरेख कर रहे हैं कोर्ट च भी आते हैं वह तो उन्होंने एक मीटिंग फिक्स की। मैं फोन किया कि मैं राजीनामे लई तैयार हाँ इन्हां बच्चों वालों तो आओ आप एक मीटिंग करिए। फिर साडी कोई 2.5-3 घंटे की मीटिंग हुई उस विच फिर मैं उन्होंने दस्या कहिंदे तुसीं की पैसा कितना पैसा दे सकदे हो। फिर मैं दस्या मैं कहा जी अजे 27 मार्च में मैं फैसला कराया जी उस 10 बच्चे साढ़े इसे केस अंदर सके उन्होंने 8 पंजाबी ते 2 पाकिस्तानी। सो उन्होंने 10 की मैं फांसी माफ़ करा चुका जी ऑलरेडी वो जजमेंट जी 27 मार्च में आ गई थी लेकिन उन्होंने 3 साल की सज़ा जी अजे बाकी रही है जी। वो सज़ा उन्होंने खत्म होएगी जी जाके अक्तूबर में और मेरा ख्याल नवंबर 1 वीक में उन्होंने 8 बच्चों मैं लगे इंडिया आवाँगा जी। जी फिर मैं कहा जी उन्होंने 10 बंद का मैं 2,60,000 दराम कोर्ट च पे किया जी। तो तुम मैं सिंपल फार्मूला लो भी 2,60,000 को 10 से डिवाइड कर लो तो 26,000 दराम एक का आ गया या 17 कर लो तो यह बनया 4,42,000 जरा कि पाकिस्तान का 1 करोड़ रुपया बन जाता है। तो मैं क्या मैं उन्होंने ऑफर करते जी उन्होंने कहने भी ठीक है असं फैमिली नाल गल करके तो तुम दसागे कोई गल नहीं हुई। फिर असं 19 मई को कोर्ट च गए। कोर्ट च जज साहब ने पूछा कि हाँ भी रमजान तेनों किसी ने कॉन्टैक्ट किया कोई गलबात तो वह साफ मुकर गया कहता जी मैंने किसी ने कॉन्टैक्ट नहीं किया मेरी कोई मीटिंग नहीं हुई मैंने कोई ऑफर नहीं दी किसी ने इन्हें देख के फिर नहीं रह गया जी। फिर मैं भी उठ के जज साहब सामने आ गया मेरे वकील ने मैं इशारा किया उन्हें कहता कहता जी SP सिंह जी बैठे हैं जी जिन्होंने मीटिंग की इन्होंने और ऑफर की है। मैं उठ के गया मैं जी सारे बिल्कुल झूठ बोल रहे मैं ये बैठा सी मैं बैठा सी नाल मैं पाकिस्तान काउंसलर नाल से साढ़े जी साढ़े तिना की मीटिंग हुई है और मैं ऑफर ये की जज साहब ने जो देखा रमजान नाल तो वो मूँ नीवा वह क्योंकि वह झूठ सगा जी। जी फिर गल चलद चलद मैं जी मैं तो अज भी तैयार हाँ और मैं अज भी मैं 1 करोड़ रुपया पाकिस्तानी नाल लैके आया जी। जी फिर मैं मुंडे आवाज मारी अपने मैनेजर मैं लिया पैकेट पैकेट नाल से कैश मैं लैके गया जी। जी फिर मैं जज साहब बढ़ाता मैं जी आ जाओ आप पैसे है जी तुम हूँ डिपोजिट करा लो अपने को जी अगर हूँ मनता है कि हाँ जी असं तैयार हाँ तो मैं जी पैसे दे दो स्टेटमेंट डालो। फिर उन्हें मंगया 1 महीना होर टाइम मंगया जी हूँ भी नैगोसीएशन जारी है जी लेकिन कुछ साड़िया जड़िया ना जी संस्थावान लै लो एजेंसियां लै लो इन्होंने उन्होंने दिमाग खराब किया हो विक्टम फैमिली का कि असं तुम्हें 20 करोड़ देंगे अच्छे 15 करोड़ देंगे कोई वे अपने पंजाबी भी है पंजाबी भी है हाँ जी पंजाबी भी है जी सारे इतों की संस्था है सारिया उन्होंने ये कहा है भी तुम असं 20 करोड़ देंगे 17 देंगे 12 करोड़ देंगे। मैंने फोन भी आया उतों अपने उत्थे है लड़का एक खालसा जी मैंने फोन आया तो मैंने कहना भाजी इदा इदा असं 12 करोड़ की गल मैं काका जो तेरे को 12 करोड़ रुपया हैगा तो फिर भी गल कर तो कहना जी मैं कर लाँगा जी मैं इस तरह कर मैं इतें ही हाँ कल फ्राइडे है तू फ्राइडे मेरे को मेरे ऑफिस आ जा मैंने दिखा दे भी तेरे को 12 करोड़ रुपया हैगा देने मैं क्या मैं पिछे मैं तेन अगे लैके चलाँगा असं तेरे नाल चलोंगे तू कोर्ट जाके पैसे दे दे कहना जी कर लाँगे मैं जी कर लाँगे फिर गल गलत तुम्हें लगता कि 1 करोड़ के करीब करीब फैसला हो सकता है। देखो जी असं ऑफर देती उन्होंने 1 करोड़ रुपए की हूँ डेट तो लगे हूँ 16-6 डेट है जी ये 1 करोड़ रुपया जो मैनेज किया अपने को इकट्ठा किया क्योंकि इंडियन पंजाबी सोसायटी के फाउंडर मैंबर बिल्कुल जी साढ़े उसे 2 संस्था है जी IPS इंडियन पंजाबी सोसायटी वह मैं फाउंडर मैंबर हाँ जी कुछ असं 13 फाउंडर मैंबर हाँ इस कोई प्रेजीडेंट जो कुछ नहीं होंगे पोस्ट नहीं है उस 5 मैंबर एक इलैक्टिव कमेटी है वह भी मैं मैंबर हाँ जी। दूसरे बने साडे कोल लिख हैगी है अपना सरबत दा भला
जी एनजीओ ਤੁਸੀਂ ਬਣਾਈ ਹੈ ਸਰ ਹਾਂ ਜੀ ਉਹ ਚ ਅਸੀਂ ਪੰਜ ਫਾਊਂਡਰ ਮੈਂਬਰ ਹੈਗੇ ਜੀ ਤੇ ਲੇਕਿਨ ਇਸ ਕੰਮ ਦੇ ਜਿਹੜਾ ਸੀ ਨਾ ਉਹ ਇੰਨਾ ਫਾਸਟ ਹੋਇਆ ਸਭ ਕੁਝ ਹੋਇਆ ਜੀ ਇਹ ਸਾਰੇ ਪੈਸੇ ਮੈਂ ਆਪਣੀ ਕਮਾਈ ਚੋਂ ਦੇ ਰਿਹਾ ਜੀ ਇਹ ਚ ਕਿਸੇ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਸੋ 1 ਕਰੋੜ ਰੁਪਇਆ ਤੁਸੀਂ ਆਪਣੇ ਕੋਲੋਂ ਦੇ ਰਹੇ ਜੀ ਪਾਕਿਸਤਾਨੀ ਹਾਂ ਜੀ ਹਾਂ ਜੀ ਇੰਡੀਆ ਦਾ ਬੰਦਾ ਤਕਰੀਬਨ ਇਹ 52 53 ਲੱਖ ਰੁਪਇਆ ਜਿਹੜੀ ਐਨਜੀਓ ਤੁਹਾਡੀ ਸਰਬੱਤ ਦਾ ਭਲਾ ਕਿਉਂਕਿ ਉਹਦਾ ਨਾਂ ਹੀ ਸਰਬੱਤ ਦਾ ਭਲਾ ਜੀ ਬਿਲਕੁਲ ਸੋ ਉਹਦੇ ਚ ਸਿਰਫ ਤੁਸੀਂ ਹਿੰਦੁਸਤਾਨੀਆਂ ਦੀ ਪੰਜਾਬੀਆਂ ਦੀ ਮਦਦ ਕਰਦੇ ਹੋ ਜਾਂ ਕੋਈ ਵੀ ਹੋਵੇ ਭਾਵੇਂ ਉਹਦੇ ਚ ਪਾਕਿਸਤਾਨੀ ਹੋਵੇ ਜਾਂ ਕੋਈ ਵੀ ਕਿਸੇ ਧਰਮ ਦਾ ਬੰਦਾ ਨਹੀਂ ਦੇਖੋ ਜੇ ਤਾਂ ਜੈਨੂਇਨ ਹੈਗਾ ਉਹ ਚ ਅਸੀਂ ਹੋਰ ਤਰ੍ਹਾਂ ਮਦਦ ਕਿਉਂਕਿ ਇਹ ਫੰਡ ਨਹੀਂ ਹੈਗਾ ਜੀ ਉਹਦੇ ਕੋਲ ਅਜੇ ਬਿਲਕੁਲ ਨਵੇਂ 5-6 ਮਹੀਨੇ ਸਾਰੇ ਹੋਏ ਨੇ ਅਜੇ ਫੰਡ ਵੀ ਰੇਂਜ ਨਹੀਂ ਹੋਏ ਤਾਂ ਉਹ ਕੁਝ ਨਹੀਂ ਕਰ ਸਕਦੀ ਅਸੀਂ ਇੰਨਾ ਕੀਤਾ ਜੀ ਉੱਥੇ ਇੱਕ ਮੋਦੀਖਾਨਾ ਖੋਲ ਦਿੱਤਾ ਸੀਗਾ ਸ਼ਾਰਜੇ 'ਚ ਮੋਦੀਖਾਨੇ 'ਚ ਕੀ ਹੈ ਕਿ ਰਾਸ਼ਨ ਟਨਾਂ ਦੇ ਹਿਸਾਬ ਨਾਲ ਪਿਆ ਹੋਇਆ कोई भी जैनुअन बच्चा जिस तरह कंपनियां बंद हो गई कंपनी तनखा नहीं दे रही रुजगार नहीं रहा बंदे कोल वो बंदा साडे कोल आके सानू दसेगा तो उन्हें असी राशन सारा देने जी 15 दिन तक असी राशन देने जी 15 दिनों के बाद फिर देखते हैं 15 दिनों में असी सॉल्व कर देने जिन्हें जॉब चाहिए असी जॉब दिला देने कितना ना कितना जे नहीं मिल सकती जॉब तो फिर असी कौंसलेट की मदद के नाल उन्होंने आउट पास बना के कोई पासपोर्ट नहीं उन्होंने को जी तो असी उन्होंने इंडिया वापस भेज देने टिकट भी असी अरेंज करते हैं टिकट देकर उन्होंने वापस भेज दिया जाता है जी।